ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੈਠਾ ਸੋਚਦਾ ਸੀ ਕਿ ਕੀ ਬੋਲਿਆ ਜਾਵੇ। ਜਿਹੜੇ ਸਾਰੇ ਵੀਰ ਅਤੇ ਭੈਣਾਂ ਆਏ ਆ, ਇਹ ਉਹ ਲੋਕ ਆ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ ਕਦੇ ਜੇਲ੍ਹਾਂ 'ਚ, ਕਦੇ ਥਾਣਿਆਂ 'ਚ, ਔਰ ਕਦੇ ਆਪਣੇ ਸਰੀਰ 'ਤੇ ਤਸ਼ੱਦਦ ਝੱਲਣ ਵਾਲੇ ਲੋਕ ਆ। ਔਰ ਇਹ ਸਾਰੇ ਹੈ ਵੱਖ ਵੱਖ। ਜਿਹੜੇ ਉਹ ਇੱਥੇ ਮੈਂ ਵਿਚਾਰ ਸੁਣਦਾ ਸੀ, ਇਉਂ ਲੱਗਦਾ ਸੀ ਅਸੀਂ ਸੁਝਾਅ ਦੇਣ ਨਹੀਂ ਆਏ, ਲੜਨ ਆਏ ਹਾਂ, ਆਏ ਹਾਂ ਸੁਝਾਅ ਦੇਣ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਦਾ ਨਾਂ ਜਦੋਂ 2015 ਦੇ ਸਰਬੱਤ ਖਾਲਸੇ ਵਿੱਚ ਗੁਰਦੀਪ ਸਿੰਘ ਬਠਿੰਡੇ ਨੇ ਪੜ੍ਹਿਆ, 15 ਮਿੰਟ ਲੱਖਾਂ ਲੋਕ ਹੱਥ ਚੱਕ ਕੇ ਨਾਅਰੇ ਲਾਉਂਦੇ ਰਹੇ, ਹੱਥ ਚੱਕ ਕੇ। ਪਹਿਲੀ ਵਾਰ ਜ਼ਿੰਦਗੀ 'ਚ ਇਹੋ ਜਿਹਾ ਮੈਂ ਉਹਦੇ ਅੱਖਾਂ ਨਾਲ ਸੀਨ ਵੇਖਿਆ ਸੀ। 7 ਤਰੀਕ ਨੂੰ ਬਰਾੜੀ ਲੱਖਾਂ ਦੇ ਇਕੱਠ ਵਿੱਚ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਜਦੋਂ ਇਹ ਗੱਲ ਆਖੀ, ਉਹ ਸਿੰਘੋ ਤੁਹਾਡਾ ਜਥੇਦਾਰ ਜੇਲ੍ਹ 'ਚ ਬੈਠਾ, ਮੈਂ ਉਹਦੇ ਬਾਅਦ 'ਚ ਉਹਦੀ ਹਾਜ਼ਰੀ ਭਰਦਾ, ਜਦੋਂ ਆਊਗਾ ਕਮਾਂਡ ਸਾਂਭੂਗਾ। ਲੱਖਾਂ ਲੋਕਾਂ ਨੇ ਫਿਰ ਨਾਅਰੇ ਲਾਏ। ਇਸ ਕਰਕੇ ਸਾਡੇ 'ਚ ਮਤਭੇਦ ਹੋ ਸਕਦੇ ਆ, ਸਾਡੀਆਂ ਕਈ ਗੱਲਾਂ 'ਚ ਪਖਰੇਵੇਂ ਹੋ ਸਕਦੇ ਆ, ਜਿਉਂਦੀਆਂ ਕੌਮਾਂ 'ਚ ਹੁੰਦੇ ਆ, ਪਰ ਇਹ ਨਹੀਂ ਕਿ ਇੱਥੇ ਆ ਕੇ ਅਸੀਂ ਇੱਕ ਦੂਜੇ ਨੂੰ ਨਿੰਦਣ ਲੱਗ ਜਾਈਏ। ਜਿਵੇਂ ਗੁਰਤੇਜ ਸਿੰਘ ਨੇ ਕਿਹਾ, ਕਮੇਟੀ ਬਣਾਓ, ਵੱਡੀ ਕਮੇਟੀ ਬਣਾ ਲਓ, ਉਹਦੇ 'ਚ ਬਹਿ ਕੇ ਇਹਨਾਂ ਤੋਂ ਵਿਚਾਰ ਕੀਤੇ ਜਾ ਸਕਦੇ ਆ ਕਿ ਕਿਵੇਂ ਬਰਾੜੀ ਮੋਰਚਾ ਚੱਲਿਆ, ਕੀ ਉਹਦੀ ਸਮਾਪਤੀ ਹੋਈ, ਕਿੱਥੇ ਗਲਤ ਹੋ ਗਿਆ, ਕਿੱਥੇ ਠੀਕ ਹੋ ਗਿਆ। ਆ ਬੋਲਦਾ ਸੀ 12 ਬੰਦਾ, ਉਹ ਹੈਰਾਨੀ ਹੋ ਗਈ, ਸ਼੍ਰੋਮਣੀ ਕਮੇਟੀ ਬਾਦਲ ਤੋਂ ਖਾਣ ਨੂੰ ਫਿਰਦੇ ਆ, ਛੋਟੀਆਂ 11 ਜਥੇਬੰਦੀਆਂ, ਤੁਸੀਂ ਸਰਕਾਰ ਖਾਣ ਨੂੰ ਫਿਰਦੇ ਆ, ਕਾਂਗਰਸ ਤੋਂ ਛੋਟੀਆਂ 40 ਜਥੇਬੰਦੀਆਂ, ਉਹ ਕਿਵੇਂ ਬਚਾ ਬਚ ਪੰਜਾਬ ਬਚੂਗਾ। ਇਸ ਕਰਕੇ ਭਰਾਵਾ, ਉਹ ਅਸੀਂ ਦੁਖੀ ਆ, ਅਸੀਂ ਚਾਹੁੰਦੇ ਆ ਕੋਈ ਨਵੀਂ ਪਾਰਟੀ ਨਾ ਬਣੇ, ਪਾਰਟੀਆਂ ਘੱਟ ਹੋਣ, ਇੱਕ ਵਿਧਾਨ, ਇੱਕ ਪ੍ਰਧਾਨ, ਇੱਕ ਨਿਸ਼ਾਨ ਦੀ ਪਾਰਟੀ ਬਣੇ। ਪਰ ਤੁਸੀਂ ਇਕੱਲੇ ਵੀ ਨਹੀਂ, ਉਹਨਾਂ ਦੀਆਂ ਜਥੇਬੰਦੀਆਂ ਹੋਰ ਬਾਹਰ ਬੈਠੀਆਂ, ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖਾਤਰ, ਸਰਕਾਰ ਨਵੀਂ ਬਣਾਉਣ ਦੀ ਖਾਤਰ ਲੜਾਈ ਲੜ ਰਹੀਆਂ, ਉਹਨਾਂ ਨੂੰ ਜੱਫੀ 'ਚ ਲਾਓ। 5 ਮੈਂਬਰੀ ਕਮੇਟੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਤੁਸੀਂ ਸਿਆਣੇ ਹੋ, ਤਜਰਬੇਕਾਰ ਹੋ, ਵੱਡੀ ਕਮੇਟੀ ਹੋਰ ਬਣਾ ਕੇ, ਉਹ ਸਾਡੇ ਵਰਗਿਆਂ ਦੀ ਨਹੀਂ, ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਕੀਤਾ, ਅਤੇ ਸਾਰਿਆਂ ਦੇ ਸੁਝਾਅ ਲੈ ਕੇ ਆਉਣ ਵਾਲੇ ਸਮੇਂ 'ਚ ਇੱਕ ਲੜੀ 'ਚ ਪੰਥ ਨੂੰ ਭਰਾਵੋ। ਇੱਕ ਬੇਨਤੀ ਮੈਂ ਬਾਹਰਲਿਆਂ ਨੂੰ ਕਰਨੀ ਚਾਹੁੰਦਾ, ਆ ਹੁਣ ਇਹ ਗੁਰਦੀਪ ਸਿੰਘ ਬਠਿੰਡਾ ਮੇਰੇ ਕੰਨ 'ਚ ਕਹਿੰਦਾ ਸੀ ਕਿ ਤੂੰ 23 ਫਰਵਰੀ ਨੂੰ ਮੀਰੀ ਪੀਰੀ ਸੰਮੇਲਨ ਰੱਖਿਆ, ਤੈਨੂੰ ਕੋਈ ਪੈਸਾ ਆਇਆ? ਮੈਂ ਬਾਹਰਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ, ਉਹ ਸਾਨੂੰ ਪੈਸੇ ਭੇਜਣੇ ਬੰਦ ਕਰੋ, ਨਾ ਪੈਸੇ ਦਿਓ। ਤੁਹਾਡੇ ਪੈਸਿਆਂ ਨੇ ਪੰਜਾਬ 'ਚ ਬਹੁਤ ਖਰਾਬ ਕਰਤਾ, ਤੁਹਾਡੇ ਪੈਸਿਆਂ ਨੇ ਸਾਨੂੰ ਬਦਨਾਮ ਕਰਤਾ। ਤੁਹਾਡਾ ਜਿਹੜਾ ਕੋਈ ਉੱਠਦਾ, ਉਹ ਚਾਹੁੰਦਾ ਇਹ 12 ਪੈਸੇ ਮੰਗਾਉਣ ਨੂੰ ਫਿਰਦਾ, ਕੋਈ ਲੋੜ ਨਹੀਂ ਸਾਨੂੰ ਪੈਸੇ ਪਾਉਣ ਦੀ। ਉਦੋਂ ਪੈਸੇ ਪਾਇਓ ਜਦੋਂ ਕੋਈ ਇੱਥੇ ਧਿਰ ਬਣ ਗਈ, ਚਲੋ ਤੁਹਾਨੂੰ ਲੱਗੇ ਕਿ ਇਹ ਧਿਰ ਕੁਝ ਕਰ ਸਕਦੀ ਆ। ਇਸ ਕਰਕੇ ਬਾਹਰਲੇ ਵਿਦੇਸ਼ੀ ਵੀਰਾਂ ਨੂੰ ਤੁਸੀਂ ਮਦਦ ਕਰਨੀ ਆ, ਸਾਡੇ ਬੰਦੇ ਭੇਜਣ 'ਚ ਕਰੋ, ਮਨੁੱਖਾਂ ਨਾ ਕਰੋ, ਨਾ ਕਿ ਪੈਸੇ ਨਾ ਕਰੋ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰੇ ਵਰਗੇ ਨਿਮਾਣੇ ਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना।